ਹੋਰ ਵੱਡੀ ਖਬਰ ਤੁਹਾਡੇ ਲਈ ਇਸ ਟੀਵੀ ਸਕਰੀਨ ਤੇ ਸਾਹਮਣੇ ਆ ਰਹੀ ਹੈ ਤਾਂ ਚੱਕਰਵਾਤੀ ਤੂਫਾਨ ਬਿਪਰਜੋਏ ਦੇ ਨਾਲ ਤਬਾਹੀ ਮਚੀ ਹੈ ਕੱਚ ਦੇ ਪੁੱਛ ਜੜੋਂ ਉਖੜੇ ਕਈ ਦਰਖਤ NDRF ਦੀ ਟੀਮਾਂ ਕਰ ਰਹੀਆਂ ਨੇ ਕਟਾਈ ਦਾ ਕੰਮ ਸ਼ਹਿਰਾਂ ਚੱਲ ਰਹੀਆਂ ਨੇ ਤੇਜ਼ ਹਵਾਵਾਂ ਤਾਂ ਇਸ ਤੂਫਾਨ ਦੇ ਨਾਲ ਜਿਹੜਾ ਹੈ ਕਾਫੀ ਨੁਕਸਾਨ ਹੋ ਰਿਹਾ ਲਗਾਤਾਰ ਜਿਵੇਂ ਦੀ ਗੱਲ ਕੀਤੀ ਜਾਵੇ ਤਾਂ ਉੱਚੀਆਂ ਲਹਿਰਾਂ ਜਿਹੜੀਆਂ ਨੇ ਉੱਠ ਰਹੀਆਂ ਨੇ ਜੀ ਹਾਂ ਚੱਕਰਵਾਤੀ ਤੂਫਾਨ ਬਿਪਰਜੋਏ ਦੇ ਕਾਰਨ ਤੇਜ਼ ਹਵਾਵਾਂ ਅਤੇ ਭਾਰੀ ਬਾਰਿਸ਼ ਕਾਰਨ ਗੁਜਰਾਤ ਦੇ ਕੱਛ ਅਤੇ ਸੌਰਾਸ਼ਟਰ ਦੇ ਖੇਤਰਾਂ ਦੇ ਵਿੱਚ ਭਾਰੀ ਤਬਾਹੀ ਹੋਈ ਹੈ ਨੀਵੇਂ ਇਲਾਕਿਆਂ ਦੇ ਵਿੱਚ ਹਵਾ ਦੀ ਰਫ਼ਤਾਰ 140 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ ਹੈ ਚੱਕਰਵਾਤ ਬਿਪਰਜੋਏ ਦੇ ਪ੍ਰਭਾਵ ਕਾਰਨ ਕੱਛ ਦੇ ਪੁੱਛ ਕਈ ਦਰਖਤ ਉਖੜ ਗਏ ਹਨ ਜਿੱਥੇ ਸਮੇਂ NDRF ਦੀ ਟੀਮ ਜਿਹੜੀ ਆ ਦਰਖਤਾਂ ਦੀ ਕਟਾਈ ਦਾ ਕੰਮ ਕਰਨ ਦੇ ਵਿੱਚ ਲੱਗੀ ਹੋਈ ਹੈ ਫਿਲਹਾਲ ਸੜਕ 'ਤੇ ਡਿੱਗੇ ਦਰਖਤਾਂ ਨੂੰ ਹਟਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਕੱਛ ਚੱਕਰਵਾਤ ਬਿਪਰਜੋਏ ਦਾ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਚੱਕਰਵਾਤ ਕਾਰਨ ਸ਼ਹਿਰ ਦੇ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਨੇ ਤਾਂ ਚੱਕਰਵਾਤੀ ਤੂਫਾਨ ਬਿਪਰਜੋਏ ਦੇ ਨਾਲ ਤਬਾਹੀ ਮਚੀ ਹੋਈ ਹੈ ਕੱਛ ਦੇ ਪੁੱਛ ਜੜੋਂ ਕਈ ਦਰਖਤ ਉਖੜ ਗਏ ਨੇ।